ਸੁਖਵੀਰ ਦੱਤ ਲਿਆ ਮੈਂ ਵੀਰੇ ਦਿਲ 'ਤੇ ਲਾਇਆ, ਕਹਿੰਦੇ ਕੀ ਹੋਇਆ, ਮੈਂ ਧੜਕਣ ਜਨਰੇਟਰ ਵਾਂਗੂ ਚੱਲ ਰਿਹਾ ਵੀਰੇ ਹੈ ਨਾ। ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਗੋਲਗੱਪੇ ਇੱਥੇ ਬਹੁਤ ਘੈਂਟ ਰੇਹੜੀ ਵਾਲੇ ਬੰਬ ਮਿਲਦੇ ਹੁੰਦੇ ਆ, ਹੈ ਪੂਰੇ ਮੈਂ ਆਇਲਸ ਕੀਤੀ ਹੈ ਨਾ, ਨਹੀਂ ਕਿਸੇ ਕਾਰਨਾਂ ਕਰਕੇ ਜਾ ਪਾਇਆ ਬਾਹਰ, ਹੈ ਨਾ। ਮੈਂ ਕੀ ਬਿਲੀਵ ਕਰਦਾ, ਮੈਂ ਬਿਲੀਵ ਕਰਦਾ ਹਾਂ ਠੀਕ ਹੈ, ਸਾਡੀ ਜ਼ਿੰਦਗੀ 'ਚ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ, ਹਰ ਬੰਦੇ ਜ਼ਿੰਦਗੀ 'ਚ ਆਉਂਦੀਆਂ ਨੇ, ਕਿ ਉਹਦਾ ਹੱਲ ਕਰੀਏ, ਕਿ ਆਪਾਂ ਇੱਦਾਂ ਜੇ ਲੋ ਲੋ ਸੈਡ ਸੈਡ ਰਹੀਏ ਤਾਂ ਅਸੀਂ ਆਪਦੀ ਹੈਲਥ ਨੂੰ ਵੀ ਆਪਦੇ ਹਰ ਚੀਜ਼ ਨੂੰ ਅਸੀਂ ਡਿਸੀਜ਼ਨ ਨਹੀਂ ਚੰਗਾ ਲੈ ਸਕਦੇ। ਹੁਣ ਉਹੀ ਗੱਲ ਹੈ ਕਿ ਹੁਣ ਅਸੀਂ ਮਤਲਬ ਬੈਸਟ ਫਰੈਂਡ, ਸਾਡਾ ਬੈਸਟ ਫਰੈਂਡ ਛੱਡੋ, ਭਰਾ ਹੈ ਮੇਰਾ ਵੱਡਾ ਭਰਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਮੇਨੀਆ, ਅਤੇ ਟ੍ਰੇਲਰ ਲਾਂਚ 'ਤੇ ਪਹੁੰਚੇ ਹਾਂ। ਮੁੰਡਾ ਸਾਊਥ ਹੋਲ ਦਾ ਅਤੇ ਮੇਰੇ ਨਾਲ ਮੌਜੂਦ ਨੇ ਅਰਜੁਨ। ਕਨਫਿਊਜ਼ਨ ਦੀ ਲੋੜ ਨਹੀਂ, ਅਰਜੁਨ ਦਾ ਕਰੈਕਟਰ ਪਲੇ ਕਰਦੇ ਹੋਏ ਅਰਮਾਨ ਵਿਦ ਸਵਾਗਤ ਕਰ ਲੈਣੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਮੈਂ ਠੀਕ ਠਾਕ। ਬੜੇ ਕਿਊਟ ਲੱਗ ਰਹੇ ਹੋ ਇਸ ਹੇਅਰ ਕੱਟ 'ਚ। ਮੈਂ ਤੁਹਾਨੂੰ ਕਿਹਾ ਸੀ ਮੈਂ ਸੰਘ ਜਾਣਾ। ਥੈਂਕ ਯੂ। ਪਹਿਲੀ ਗੱਲ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਡੈਬਿਊ ਫਿਲਮ ਲਈ, ਅਤੇ ਕਿੰਨਾ ਕੁ ਨਰਵਸ ਹੋ ਗਾਣਿਆਂ ਤੋਂ ਬਾਅਦ ਹੁਣ ਮੂਵੀਜ਼ ਵਿੱਚ ਐਂਟਰ ਕਰ ਰਹੇ ਹੋ? ਮੈਂ ਜਿਵੇਂ ਦੱਸਿਆ ਕਿ ਮੈਂ ਨਾ ਜਦੋਂ ਸਾਡਾ ਟ੍ਰੇਲਰ ਹੁਣ ਲਾਂਚ ਹੋਣਾ ਸੀ, ਦੇਖਣਾ ਸੀ ਸਾਰਿਆਂ ਨੇ, ਹੈ ਨਾ, ਅਤੇ ਜਦੋਂ ਸਾਨੂੰ ਕਿਹਾ ਕਿ ਚਲੋ ਚੱਲੀਏ, ਹੋ ਗਿਆ, ਪਹਿਲਾਂ ਅਸੀਂ ਹਾਫ ਐਨ ਆਵਰ ਹੋ ਗਿਆ ਸੀ ਬੈਕ ਸਟੇਜ ਬੈਠੇ ਸੀ ਨਾ, ਮੈਨੂੰ ਬੈਕ ਸਟੇਜ ਦੇਖੋ, ਮੈਂ ਸ਼ੋਜ਼ ਕਰਕੇ ਬੈਕ ਸਟੇਜ ਕਹਿੰਦਾ, ਮਤਲਬ ਬਾਹਰ ਬੈਠੇ ਸੀਗੇ, ਅਤੇ ਕਹਿੰਦੇ ਵੀ ਚਲੋ ਚੱਲੀਏ। ਮੈਂ ਲਿਟਰ ਨਾਲ ਸੁਖਵੀਰ ਦੱਤ ਲਿਆ, ਮੈਂ ਵੀਰੇ ਦਿਲ 'ਤੇ ਲਾਇਆ, ਕਹਿੰਦੇ ਕੀ ਹੋਇਆ, ਮੈਂ ਧੜਕਣ ਜਨਰੇਟਰ ਵਾਂਗੂ ਚੱਲ ਰਿਹਾ ਵੀਰੇ, ਹੈ ਨਾ। ਸੋ ਕਿਉਂਕਿ ਕਿੰਨੇ ਚਿਰ ਤੋਂ ਅਸੀਂ ਕੰਮ ਕਰ ਰਹੇ ਹਾਂ ਫਿਲਮ ਦੇ ਉੱਪਰ, ਹੈ ਨਾ, ਅਸੀਂ ਟ੍ਰੇਲਰ ਪਤਾ ਨਹੀਂ ਕਿੰਨੀ ਵਾਰ ਦੇਖ ਲਿਆ ਆਪਦਾ, ਹੈ ਨਾ, ਅਤੇ ਹੁਣ ਸਾਨੂੰ ਐਸੀ ਵੀ ਆਡੀਅੰਸ ਦਾ ਕੀ ਰਿਐਕਸ਼ਨ ਆਊਗਾ, ਤੁਹਾਡਾ ਸਾਰਿਆਂ ਦਾ ਮੀਡੀਆ ਦਾ ਕੀ ਰਿਐਕਸ਼ਨ ਆਊਗਾ ਦੇਖ ਕੇ, ਕਿਉਂਕਿ ਪਹਿਲੀ ਵਾਰ ਮੈਂ ਕੀਤਾ, ਹੁਣ ਆਡੀਅੰਸ ਨੂੰ ਪਤਾ ਨਹੀਂ, ਮੀਡੀਆ ਨੂੰ ਨਹੀਂ ਪਤਾ ਮੈਂ ਕਿੱਦਾਂ ਦਾ ਕੰਮ ਕਰ ਸਕਦਾ ਜਾਂ ਕੀਤਾ, ਹੈ ਨਾ, ਕਿਉਂਕਿ ਮੇਰੇ ਗਾਣੇ ਹੀ ਸੁਣੇ, ਸੋ ਮੈਨੂੰ ਐਸੀ ਲੋਕ ਕਿੱਦਾਂ ਦਾ ਲੈਣਗੇ, ਪਰ ਸਾਰਿਆਂ ਨੇ ਅੱਛਾ ਹੀ ਸਰਾਇਆ ਹੀ ਹਾਲੇ ਤੱਕ ਤਾਂ, ਅਤੇ ਬਹੁਤ ਇੱਕ ਉਹੀ ਗੱਲ ਹੈ, ਇਮੋਸ਼ਨਲ ਸੀਗਾ ਆਪਦੇ ਆਪਣੇ ਵੱਡੇ ਪਰਦੇ 'ਤੇ ਦੇਖਣਾ ਪਹਿਲੀ ਵਾਰ, ਬਹੁਤ ਵੱਡੀ ਗੱਲ ਹੈ, ਕਿਉਂਕਿ ਮੇਰਾ ਇੱਕ ਫਿਲਮ 'ਚ ਗਾਣਾ ਸੀ ਕਿਤੇ, ਅਤੇ ਉਹਦੇ 'ਚ ਬਸ ਮੈਂ ਫਿਲਮ 'ਚ ਤਾਂ ਨਹੀਂ ਹੈਗਾ ਸੀਗਾ, ਉਹਦੇ ਗਾਣੇ ਦੇ ਪਿੱਛੇ ਇੱਕ ਸਭ ਟਾਈਟਲ ਦੇ ਵਿੱਚ ਮੇਰਾ ਨਾਮ ਆਇਆ ਸੀ, ਉਹ ਮੈਂ ਸਪੈਸ਼ਲ ਦੇਖਣ ਗਿਆ ਸੀ, ਯਾਰ ਮੈਂ ਘੈਂਟ ਲੱਗ ਰਿਹਾ ਨਾਮ ਬਈ, ਉਹਦੀ ਡਿਸਕਰੀਨ 'ਤੇ ਐਡਾ ਨਾਮ ਆਉਂਦਾ ਲਿਖਿਆ, ਹੈ ਨਾ, ਅਤੇ ਹੁਣ ਅੱਜ ਆਪਦੇ ਆਪ ਨੂੰ ਦੇਖ ਕੇ ਸੋ ਬਹੁਤ ਬਹੁਤ ਚੰਗਾ ਲੱਗ ਰਿਹਾ। ਅਤੇ ਮੈਂ ਤਾਂ ਇਹੀ ਕਹੂੰਗੀ ਕਿ ਨਰਵਸਨੈਸ ਨੂੰ ਥੋੜ੍ਹਾ ਘਟਾਓ, ਕਿਉਂਕਿ ਟ੍ਰੇਲਰ ਬਹੁਤ ਸੋਹਣਾ ਲੱਗ ਰਿਹਾ, ਉਸ 'ਚ ਤੁਹਾਡਾ ਕਰੈਕਟਰ ਵੀ ਬਹੁਤ ਸੋਹਣਾ ਲੱਗ ਰਿਹਾ, ਅਤੇ ਤੁਸੀਂ ਨਾ 12th ਤੋਂ ਬਾਅਦ ਆਇਲਸ ਵੀ ਕੀਤੀ ਪਰ ਬਾਹਰ ਨਹੀਂ ਗਏ। ਯੈਸ, ਅਤੇ ਉਦੋਂ ਬਾਅਦ ਪਰ ਤੁਸੀਂ ਬਾਹਰ ਨਹੀਂ ਗਏ, ਅਤੇ ਹੁਣ ਜਦੋਂ ਉੱਥੇ ਜਾ ਕੇ ਸ਼ੂਟ ਕੀਤਾ, ਤੁਹਾਨੂੰ ਲੱਗਿਆ ਕਿ ਉਹ ਤਮੰਨਾ ਪੂਰੀ ਕਰਨ ਤਾਂ ਨਹੀਂ ਗਏ? ਡੈਸਟਨੀ, ਦੇਖੋ ਡੈਸਟਨੀ, ਹੈ ਨਾ, ਮੈਂ ਆਇਲਸ ਕੀਤੀ, ਹੈ ਨਾ, ਨਹੀਂ ਕਿਸੇ ਕਾਰਨਾਂ ਕਰਕੇ ਜਾ ਪਾਇਆ ਬਾਹਰ, ਹੈ ਨਾ, ਅਤੇ ਹੁਣ ਉਹੀ ਗੱਲ ਹੈ ਵੀ ਹੁਣ ਮੈਂ ਨਹੀਂ ਤਾਂ ਮੈਂ ਗਾਣਾ ਨਹੀਂ ਗਾਣਾ ਸੀ ਸ਼ਾਇਦ, ਪਤਾ ਨਹੀਂ, ਬਾਹਰ ਜਾ ਕੇ ਕਰਦਾ ਤਾਂ ਸਹੀ ਪਰ ਪਤਾ ਨਹੀਂ ਕਿਹੜੇ ਮਾਹੌਲ 'ਚ ਗਾਣਾ ਕਰਦਾ, ਕੀ ਕਰਦਾ, ਹੈ ਨਾ, ਇੱਥੇ ਮਾਹੌਲ ਇੱਦਾਂ ਬਣਿਆ, ਉਹ ਕਿਸਮਤ, ਹੈ ਨਾ, ਅਤੇ ਹੁਣ ਗਾਣੇ ਲੋਕਾਂ ਨੇ ਪਿਆਰ ਦਿੱਤਾ, ਮੈਨੂੰ ਫਿਲਮ ਔਫਰ ਹੋਈ ਪਹਿਲੀ ਵਾਰ, ਅਤੇ ਮੈਨੂੰ ਲੱਗਿਆ ਕਿ ਸੁਖਵੀਰ ਦਾ, ਹੈ ਨਾ, ਮੈਂ ਆਲਰੇਡੀ ਫੈਨ ਰਿਹਾ, ਕਿ ਇਹਨਾਂ ਨੇ ਮੈਨੂੰ ਕੰਮ ਦਿੱਤਾ, ਸੋ ਮੈਂ ਬਹੁਤ ਗ੍ਰੇਟਫੁੱਲ ਹਾਂ, ਰੱਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਬਹੁਤ ਦੇ ਰਹੇ ਆ, ਅਤੇ ਉਮੀਦ ਕਰਦਾ ਆਡੀਅੰਸ ਨੂੰ ਵੀ ਪਿਆਰ ਦੇਊਗਾ, ਕਿਉਂਕਿ ਕਲਾਕਾਰੀ ਕਰਕੇ ਹੀ ਮੈਨੂੰ ਅੱਜ ਫਿਲਮ ਮਿਲੀ ਆ, ਹੈ ਨਾ, ਸੋ ਜੇ ਮੈਂ ਬਾਹਰ ਚੱਲ ਜਾਂਦਾ ਸ਼ਾਇਦ ਉਹ ਚੀਜ਼ਾਂ ਨਹੀਂ ਹੁੰਦੀਆਂ। ਜੀ ਅਰਮਾਨ, ਇਸ ਮੂਵੀ ਵਿੱਚ ਤੁਹਾਡੇ ਵੀ ਦੋ ਗਾਣੇ ਆ ਰਹੇ ਨੇ, ਥੋੜ੍ਹਾ ਜਿਹਾ ਉਹਨਾਂ ਗਾਣਿਆਂ ਬਾਰੇ ਦੱਸੋ, ਟਾਈਟਲਸ ਕੀ ਹੈ? ਇੱਕ ਗਾਣੇ ਦਾ ਨਾਮ ਹੁਣ ਪਤਾ ਨਹੀਂ ਰੱਖਿਆ ਕਿ ਹੁਣ ਟੀਮ ਨੇ, ਇੱਕ ਤਾਂ ਹੋਊਗਾ ਮਾਲਕੋ ਸੁਣੋ, ਰਾਜ ਰਣਜੋਤ ਵੀਰ ਦਾ ਲਿਖਿਆ ਉਹਨਾਂ ਦਾ ਮਿਊਜ਼ਿਕ ਹੈ, ਇੱਕ ਹੈਗਾ ਗਾਣੇ ਦਾ ਨਾਮ ਬੇਜ਼ੁਬਾਨ, ਉਹ ਰੋਮੈਂਟਿਕ ਗਾਣਾ ਹੈ ਬਿਲਕੁਲ, ਤੁਸੀਂ ਟ੍ਰੇਲਰ 'ਚ ਵੀ ਦੇਖਿਆ ਹੋਣਾ ਗਾਣਾ, ਉਹ ਨਵੀਂ ਫਿਰੋਜ਼ਪੁਰ ਵਾਲੇ ਵੀਰੇ ਦਾ ਲਿਖਿਆ ਹੋਇਆ, ਐਂਡ ਗੋਲਡਬਰਗ ਦਾ ਮਿਊਜ਼ਿਕ ਹੈ, ਇਹ ਦੋ ਗਾਣੇ ਮੇਰੇ ਨੇ, ਬਾਕੀ ਪ੍ਰੇਮ ਢਿੱਲੋਂ ਵੀਰੇ ਦੇ ਗਾਣੇ ਆ, ਰਾਜ ਰਣਜੋਤ ਵੀਰੇ ਦੇ ਗਾਣੇ ਆ, ਦੀਪਕ ਢਿੱਲੋਂ, ਕਪਤਾਨ ਹੋਰਾਂ ਦਾ ਗਾਣੇ, ਹੈ ਨਾ, ਸੋ ਮਿਊਜ਼ਿਕ ਤੁਹਾਨੂੰ ਚੰਗਾ ਲੱਗਣਾ ਫਿਲਮ ਦਾ। ਜੀ, ਅਤੇ ਮੂਵੀ ਵਿੱਚ ਤੁਹਾਡੇ ਵੀ ਦੋ ਪਾਰਟਸ ਨੇ, ਫਸਟ ਹਾਫ ਇਜ਼ ਰੋਮੈਂਟਿਕ, ਤਿੰਨ ਲਓ, ਅੱਛਾ, ਤਿੰਨ ਤੀਜਾ ਕਿਹੜਾ, ਇੱਕ ਰੋਮੈਂਟਿਕ ਇੱਕ ਸੈਡ ਤੀਜਾ? ਪਹਿਲਾਂ ਬਹੁਤ ਚੌੜ ਵਾਲਾ, ਫਿਰ ਜਮੀ ਸੁਐਡ, ਫਿਰ ਹਲਕਾ ਜਿਹਾ ਉਦੋਂ ਦੋਬਰ ਦਾ। ਅਤੇ ਤੁਸੀਂ ਪਰਸਨਲੀ ਕਿਹੜੇ ਕਰੈਕਟਰ ਨਾਲ ਜ਼ਿਆਦਾ ਰਿਲੇਟ ਕਰਦੇ ਹੋ? ਮੈਂ ਤਾਂ ਯਾਰ ਮੈਂ ਬਿਲੀਵ ਕਰਦਾ ਖੁਸ਼ ਰਹਿਣ ਤਾਂ, ਮੈਂ ਖੁਸ਼ ਰਹਾਂ, ਨਾਲ ਦੀ ਖੁਸ਼ ਰੱਖਾਂ, ਹੈ ਨਾ, ਮੈਨੂੰ ਨੈਗੇਟਿਵਿਟੀ ਮੈਂ ਤਾਂ ਭੱਜਦਾ ਵੀ, ਹੈ ਨਾ,
ਲੋਕ ਕਈ ਵਾਰ, ਮੈਂ ਇੱਕ ਵੈਸੀ ਗੱਲ ਕਰਦਾ ਫਿਲਮ ਤੋਂ ਹਟ ਕੇ, ਲੋਕ ਨਾ ਕਈ ਵਾਰ ਨੈਗੇਟਿਵ ਹੋ ਜਾਂਦੇ ਕਈ ਚੀਜ਼ਾਂ ਕਰਕੇ। ਮੈਂ ਕੀ ਬਿਲੀਵ ਕਰਦਾ, ਮੈਂ ਬਿਲੀਵ ਕਰਦਾ ਹਾਂ ਠੀਕ ਹੈ, ਸਾਡੀ ਜ਼ਿੰਦਗੀ 'ਚ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ, ਹਰ ਬੰਦੀ ਜ਼ਿੰਦਗੀ 'ਚ ਆਉਂਦੀਆਂ ਨੇ, ਕਿ ਉਹਦਾ ਹੱਲ ਕੱਢੀਏ ਕਿ ਆਪਾਂ ਇੱਦਾਂ ਜੇ ਲੋ ਸੈਡ ਸੈਡ ਰਹੀਏ ਤਾਂ ਅਸੀਂ ਆਪਦੀ ਹੈਲਥ ਨੂੰ ਵੀ, ਆਪਦੇ ਹਰ ਚੀਜ਼ ਨੂੰ ਅਸੀਂ ਡਿਸੀਜ਼ਨ ਨਹੀਂ ਚੰਗਾ ਲੈ ਸਕਦੇ, ਕਿ ਜਿਹੜੇ ਤੁਹਾਡੇ ਪ੍ਰੋਬਲਮ ਆਈਆਂ ਨੂੰ ਛੇਤੀ ਦੀ ਸੋਲਟ ਕਰੋ, ਖੁਸ਼ ਰਹੋ ਹੈ ਨਾ, ਖੁਸ਼ ਰਹੋ ਅਤੇ ਨਾਲ ਦੇ ਨੂੰ ਖੁਸ਼ ਰੱਖੋ ਯਾਰ, ਪੋਜ਼ਿਟਿਵ ਰਹੋ ਹੈ ਨਾ। ਤਾਂ ਮੇਰੀ ਜ਼ਿੰਦਗੀ 'ਚ ਇਹੀ ਹੈ। ਸੋ ਜਿਹੜਾ ਪਹਿਲਾ ਕਰੈਕਟਰ ਹੈ ਉਹ ਜਿਹੜਾ ਅਰਜੁਨ ਦਾ, ਖੁਸ਼ ਰਹਿਣ ਵਾਲਾ, ਉਹ ਮੇਰਾ ਫੇਵਰੇਟ ਕਰੈਕਟਰ। ਓਕੇ, ਕਿਆ ਬਾਤ, ਮੈਂ ਉਦਾਂ ਦਾ ਹੀ ਹਾਂ ਜ਼ਿੰਦਗੀ 'ਚ ਜੀ। ਅਤੇ ਖੁਸ਼ ਰੱਖੋ ਦੀ ਗੱਲ ਆਈ ਹੈ, ਅਤੇ ਤੁਸੀਂ ਮੈਂ ਸੁਣਿਆ ਬੜਾ ਵਧੀਆ ਖਾਣਾ ਬਣਾਉਂਦੇ ਹੋ, ਅਤੇ ਤਨੂੰ ਨੂੰ ਇਸ ਸੈਟਸ 'ਤੇ ਖਾਣੇ ਦੀ ਵੀ ਥੋੜ੍ਹੀ ਦਿੱਕਤ ਆ ਰਹੀ ਸੀ, ਕੁਝ ਬਣਾ ਕੇ ਖਵਾਇਆ ਕਿ ਨਹੀਂ? ਪਹਿਲਾਂ ਮੈਂ ਦੱਸਦਾ, ਮੈਂ ਇਹਨਾਂ ਨੂੰ ਕਹਿਤਾ ਜਦੋਂ ਮੈਂ ਲੈਂਡ ਹੋਇਆ ਨਾ, ਮਾਂ ਵੀਰੇ ਗੱਲ ਸੁਣੋ, ਮੈਂ ਡਾਈਟਿੰਗ ਕਰ ਰਿਹਾ ਪਿਛਲੇ 3 ਮਹੀਨਿਆਂ ਤੋਂ, ਠੀਕ ਹੈ ਮਾਂ, ਮੈਨੂੰ ਖਾਣਾ ਬਹੁਤ ਲੱਗਦਾ, ਪਾਣੀ ਵੀ ਲੱਗ ਜਾਂਦਾ। ਮੈਂ ਉਹਨਾਂ ਨੂੰ ਕਹਿ ਬੈਠਾ, ਬਾਈ ਜੀ ਇਹਨਾਂ ਨੇ ਮੈਨੂੰ 2 ਮਹੀਨੇ ਸੈਲਡ 'ਤੇ ਰੱਖਿਆ, ਫਿਲਮ 'ਚ ਦੇਖਿਓ ਤੁਸੀਂ, ਹੈ ਮੇਰੀਆਂ ਗੱਲਾਂ ਅੰਦਰ ਵੜ ਗਈਆਂ ਲਿਟਰਲੀ। ਸਵੇਰੇ ਤਾਂ ਮੈਂ ਉੱਠਦੇ ਹੀ ਲੇਟ ਹੁੰਦੇ ਸੀ, ਮਤਲਬ ਸਿੱਧਾ ਹੀ ਸ਼ੂਟ 'ਤੇ ਚਲੇ ਗਏ ਕੌਫੀ ਪੀ ਕੇ, ਦੁਪਹਿਰੇ ਇਹਨੇ ਖਾ ਰਹੇ ਆ, ਰੋਟੀਆਂ ਆ ਰਹੀਆਂ ਨੇ ਇਹਨਾਂ ਨੂੰ, ਕਦੇ ਕੁਛ ਆ ਰਿਹਾ ਕਦੇ ਕੁਛ ਆ ਰਿਹਾ, ਸਬਜ਼ੀਆਂ ਬਣੀਆਂ ਹੋਈਆਂ ਨੇ ਸਵੀਟ ਡਿਸ਼ ਆ ਰਹੀ ਨਾਲ, ਮੇਰੇ ਉਹ ਘਾਹ ਫੂਸ ਸੈਲਡ ਆ ਰਿਹਾ, ਠੀਕ ਆ ਉਹਦੇ 'ਚ ਕਿਨੋਆ ਸੈਲਡ ਕਦੇ ਪਾ ਦਿੰਦੇ ਸੀ ਹੈ ਨਾ, ਐਵੋਕਾਡੋ ਵਾਲਾ ਉਹ ਖਾਈ ਗਿਆ, ਸ਼ਾਮ ਨੂੰ ਵੀ ਚੀਜ਼ ਆਉਂਦੀ ਸੀ। ਬਾਈ ਜੀ ਮੈਂ ਫਰੂਟ ਫਰਾਟ ਜੀ ਖਾਧਿਆ 2 ਮਹੀਨੇ, ਅਤੇ ਮੈਂ ਹੁਣ ਇਹਨਾਂ ਨੂੰ ਕਿਵੇਂ ਬਣਾ ਕੇ ਖਵਾਵਾਂ, ਹੁਣ ਬਣਾ ਕੇ ਖਵਾਵਾਂਗੇ ਤਾਂ ਉਹਨਾਂ ਨੂੰ ਗੋਲਗੱਪੇ ਖਵਾ ਕੇ ਲਿਆਉਣੇ ਮੇਰੇ ਤੋਂ, ਤਾਂ ਉਹਨਾਂ ਦੇ ਗੋਲਗੱਪੇ ਬਹੁਤ ਫੇਵਰੇਟ ਨੇ। ਕੀ ਬਾਤ ਹੈ। ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਗੋਲਗੱਪੇ ਇੱਥੇ ਬਹੁਤ ਘੈਂਟ ਰੇਹੜੀ ਵਾਲੇ ਬੰਬ ਮਿਲਦੇ ਹੁੰਦੇ ਆ, ਹੈ ਪੂਰੇ ਬਿਲਕੁਲ ਖਾਣੇ ਬੰਦੇ, ਗੋਲ ਕੁੜੀ ਨੂੰ ਗੋਲਗੱਪੇ ਵੈਸੇ ਹੀ ਬਹੁਤ ਪਸੰਦ ਹੁੰਦੇ ਆ। ਅਤੇ ਇੱਥੇ ਮੈਂ ਸੁੱਖ ਸੰਗੇੜੇ ਦੀ ਗੱਲ ਕਰਨਾ ਚਾਹੂੰਗੀ, ਥੋੜ੍ਹਾ ਜਿਹਾ ਦੱਸੋ ਆਡੀਅੰਸ ਨੂੰ ਕਿਵੇਂ ਸਬੱਬ ਬਣਿਆ ਇਹ ਮੂਵੀ ਮਿਲਣ ਦਾ, ਅਤੇ ਕੀ ਬੌਂਡ ਸ਼ੇਅਰ ਕਰਦੇ ਉਹਨਾਂ ਨਾਲ? ਦੇਖੋ ਸੁਖਵੀਰ ਨੂੰ ਮੈਂ 2018 'ਚ ਇੱਕ ਵਾਰ ਮਿਲਿਆ ਸੀ, ਕਿ ਸਾਡੇ ਸਿੰਗਰ ਭਰਾ ਦੇ ਫਲੈਟ ਦੇ ਵਿੱਚ ਇੰਨੀ ਕਿਤੇ ਪਾਰਟੀ 'ਤੇ ਮਿਲਿਆ ਸੀ, ਹੈਲੋ ਹਾਈ ਹੋਈ, ਮੁੜ ਕੇ ਇੱਕ ਦੋ ਵਾਰ ਸਾਡੀ ਇੰਸਟਾ ਦੀ ਗੱਲ ਹੋਈ, ਦੈਟ ਸੈਟ ਹੈ ਨਾ, ਮੈਂ ਮੁਬਾਰਕਾਂ ਦਿੱਤੀਆਂ ਇਹਨਾਂ ਦੇ ਕੰਮ ਦੀਆਂ, ਅਤੇ ਵੀਰੇ ਨੇ ਮੈਂ ਕੋਈ ਮੇਰਾ ਗਾਣਾ ਦੇਖਿਆ ਉਹਨਾਂ ਦੇ, ਗਾਣਾ ਦੇਖ ਕੇ ਅਤੇ ਮੈਨੂੰ ਕੁਦਰਤੀ ਲੱਗਿਆ ਹੋਣਾ ਵੀ ਇਹ ਅਰਜੁਨ, ਹੀਜ਼ ਅਰਜੁਨ ਨੇ ਵੀ ਇਹ ਕਰ ਸਕਦਾ ਹੈ ਨਾ, ਕਰੈਕਟਰ ਪਲੇ ਕਰ ਸਕਦਾ, ਅਤੇ ਵੀਰੇ ਦਾ ਮੈਨੂੰ ਇੰਸਟਾ 'ਤੇ ਮੈਸੇਜ ਆਇਆ, ਦੈਨ ਕਾਲ ਕੀਤੀ, ਅਤੇ ਵੀਰੇ ਨੇ ਸਾਰਾ ਸਮਝਾਇਆ ਮੈਨੂੰ। ਹੁਣ ਮੈਂ ਲਿਟਰਲੀ, ਤੁਸੀਂ ਦੇਖੋ ਕਿ ਮੈਂ ਫਿਲਮ ਸਾਈਨ ਕਰ ਲਈ, ਅਤੇ ਮੈਂ ਸੁਖਵੀਰ ਨੂੰ ਸਿਰਫ ਇੱਕ ਵਾਰ ਮਿਲਿਆ ਸੀ, ਫਿਰ ਫੋਨ 'ਤੇ ਗੱਲ ਹੁੰਦੀ ਸੀ, ਮੈਂ ਫੋਨ 'ਤੇ ਆਪਣੀ ਵੀਡੀਓਜ਼ ਭੇਜੀਆਂ ਹੈ ਨਾ, ਅਤੇ ਉੱਥੇ ਗਿਆ, ਫਿਰ ਵੀਰੇ ਨੇ ਅਸੀਂ ਵਰਕਸ਼ਾਪ ਲਾਈ, ਆਡੀਸ਼ਨ ਹੋਇਆ ਤੁਹਾਡਾ ਫੋਨ 'ਤੇ ਆਡੀਸ਼ਨ ਹੋਇਆ, ਅਤੇ ਉੱਥੇ ਫਿਰ ਵਰਕਸ਼ਾਪ ਲਾਈ ਵੀਰੇ ਨੇ ਹੈ ਨਾ, ਵੀ ਇੱਦਾਂ ਦਾ ਕਰੈਕਟਰ ਆਪਾਂ ਨਾ ਮਿਹਨਤ ਕੀਤੀ, ਅਤੇ ਹੁਣ ਅੱਜ ਦੀ ਘੜੀ ਦੇ ਵਿੱਚ ਮੈਨੂੰ ਲੱਗਦਾ ਕਿ ਮੇਰਾ ਬੈਸਟ ਫਰੈਂਡ ਹੈ ਸੁਖਵੀਰ, ਅਸੀਂ ਇੱਕ ਇੱਕ ਚੀਜ਼ ਸ਼ੇਅਰ ਕਰਦੇ ਹਾਂ, ਮਤਲਬ ਅਸੀਂ ਗੁੱਸੇ ਵੀ ਹੁੰਦੇ ਹਾਂ, ਅਸੀਂ ਮੈਂ ਕਹਿੰਦਾ ਸੈੱਟ 'ਤੇ ਬਹੁਤ ਗੁੱਸੇ, ਨੋ ਡਾਊਟ, ਅਸੀਂ ਇੱਕ ਦੂਜੇ ਨਾਲ ਕਦੇ ਕੁਛ ਹੋ ਜਾਂਦਾ ਸੀ, ਆਹ ਕਰ ਵਧੀਆ, ਹਾਂਜੀ ਵੀਰ ਕਰ ਰਿਹਾ ਹੈ ਨਾ, ਕਿਉਂਕਿ ਉਹ ਵੀ ਝਿੜਕਦਾ ਤਾਂ ਹੀ ਸੀ ਵੀਰਾ ਕਿ ਯਾਰ ਫਿਲਮ ਸਾਡੀ ਚੰਗੀ ਬਣੇ, ਤੋ ਬਟ ਹੁਣ ਉਹੀ ਗੱਲ ਹੈ ਕਿ ਹੁਣ ਅਸੀਂ ਮਤਲਬ ਬੈਸਟ ਫਰੈਂਡ, ਸਾਡਾ ਬੈਸਟ ਫਰੈਂਡ ਛੱਡੋ, ਭਰਾ ਹੈ ਮੇਰਾ ਵੱਡਾ ਭਰਾ। ਇਹ ਤੋਂ ਤੁਹਾਡੇ ਦੋਵਾਂ ਦਾ ਤਾਲਮੇਲ, ਗੁੱਸੇ ਵਾਲਾ ਪਿਆਰ ਵਾਲਾ ਟ੍ਰੇਲਰ 'ਚ ਜ਼ਰੂਰ ਨਜ਼ਰ ਆ ਰਿਹਾ, ਅਤੇ ਜਾਂਦੇ ਜਾਂਦੇ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਮੂਵੀ ਬਾਰੇ? ਸਾਡਾ ਟ੍ਰੇਲਰ ਆਇਆ ਜੀ, ਉਮੀਦ ਕਰਦਾ ਤੁਹਾਨੂੰ ਚੰਗਾ ਲੱਗਿਆ ਹੋਣਾ, ਆਪਦੇ ਪਰਿਵਾਰ ਨਾਲ ਤੁਸੀਂ ਫਿਲਮ ਦੇਖਣ ਜਾਇਓ, ਤੁਸੀਂ ਪੱਕਾ ਖੁਸ਼ ਹੋ ਕੇ ਵਾਪਸ ਆਓਗੇ। 4 ਅਗਸਤ ਨੂੰ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਪਿਆਰ ਦਿਓ ਕਿ ਅਸੀਂ ਅੱਗੇ ਵੀ ਕੰਮ ਕਰਦੇ ਰਹੀਏ, ਔਰ ਇੱਦਾਂ ਹੀ ਐਂਟਰਟੇਨ ਕਰਦੇ ਰਹੀਏ ਜਿੱਦਾਂ ਤੁਸੀਂ ਮੇਰੇ ਗਾਣੇ ਸੁਣਿਆ, ਇੱਦਾਂ ਦੀ ਮੇਰੀ ਫਿਲਮ ਨੂੰ, ਮੈਨੂੰ ਉਮੀਦ ਹੈ ਕਿ ਮੈਨੂੰ ਪਿਆਰ ਦਿਓਗੇ। ਥੈਂਕ ਯੂ ਸੋ ਮਚ, ਬਹੁਤ ਬਹੁਤ ਮੁਬਾਰਕਾਂ, ਅਤੇ ਵਾਂਸ ਅਗੇਨ ਆਲ ਦ ਵੈਰੀ ਬੈਸਟ ਫੋਰ ਯੋਰ ਮੂਵੀ, ਰੱਬ ਕਰੇ ਬਹੁਤ ਜ਼ਿਆਦਾ ਤਰੱਕੀਆਂ ਬਖਸ਼ ਤੁਹਾਨੂੰ। ਅਤੇ ਇਹ ਸੀ ਅਰਮਾਨ ਬੇਦਿਲ, ਅਤੇ 4 ਅਗਸਤ ਨੂੰ ਇਹਨਾਂ ਦੀ ਮੂਵੀ ਰਿਲੀਜ਼ ਹੋ ਰਹੀ ਹੈ, ਜਿਹਦਾ ਟ੍ਰੇਲਰ ਆ ਚੁੱਕਿਆ, ਜੇ ਹਜੇ ਤੱਕ ਤੁਸੀਂ ਟ੍ਰੇਲਰ ਨਹੀਂ ਦੇਖਿਆ ਪਲੀਜ਼ ਜਾ ਕੇ ਦੇਖੋ, ਅਤੇ ਮੂਵੀ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਓ। ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲ, ਅਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਰੱਬ ਰਾਖਾ।